ਅਸਲਾਮੁਅਲੈਕੁਮ ਜੀ ਮੇਰੇ ਪਿਆਰੇ YouTube ਫੈਮਿਲੀ, ਉਮੀਦ ਕਰਦੀ ਹਾਂ ਕਿ ਤੁਸੀਂ ਖੈਰੇ ਨਾਲ ਹੋਗੇ ਤੇ ਤੁਸੀਂ ਦੇਖਿਓ ਮੈਂ YouTube ਚੈਨਲ ਆਮਿਨਾ ਸ਼ਹਿਜ਼ਾਦੀ। ਤੇ ਮੇਰੀ ਦੁਆ ਵਾ ਤੁਸੀਂ ਜਿੱਥੇ ਰਹੋ ਸਦਾ ਹੱਸਦੇ ਰਹੋ, ਵਸਦੇ ਰਹੋ, ਸ਼ਾਦ ਰਹੋ, ਹਮੇਸ਼ਾ ਬਹਾਦ ਰਹੋ। ਅਗਰ ਕਿਸੇ ਦੇ ਘਰ ਪਰੇਸ਼ਾਨੀਆਂ, ਅੱਲਾਹ ਤਾਲਾ ਦੇ ਹਬੀਬ ਦੇ ਸਦਕੇ ਦੂਰ ਹੋ ਜਾਏ, ਮੈਂ ਕੋਈ ਕਾਇਨਾਤ ਕਰ ਬਾਸ਼ ਕਰ ਪਾਏ, ਆਮੀਨ ਸੁਮਾਮੀ। ਤੇ ਜਿਹੜੇ ਮੇਰੇ ਪਿਆਰੇ ਫੈਨ ਬੈਕ ਮੇਰੇ ਚੈਨਲ ਤੇ ਨਿਊ ਨੇ, ਅਗਰ ਮੈਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਔਰ ਬੈਲ ਲਾਈਕ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਵੀਡੀਓ ਬਾ ਆਸਾਨੀ ਨਾਲ ਮੇਰੇ ਪਿਆਰੇ ਭੈਣ ਭਾਈਆਂ ਤੱਕ ਪਹੁੰਚ ਸਕੇ। ਤੇ ਹਾਂਜੀ ਗਾਇਜ਼, ਤੁਹਾਡੀਆਂ ਦੁਆਵਾਂ ਨਾਲ ਵਲੌਗ ਸ਼ੁਰੂ ਕਰਦੇ ਹਾਂ। ਅੱਜ ਵਲੌਗ ਬਹੁਤ ਮਜ਼ੇਦਾਰ ਹੋਣ ਵਾਲਾ ਵਾ। ਤੇ ਗਾਇਜ਼ ਤੁਹਾਨੂੰ ਇੱਕ ਬੈਡ ਨਿਊਜ਼ ਦੱਸਾਂ, ਬਹੁਤ ਜ਼ਿਆਦਾ ਧੁੱਪਾ ਠੀਕ ਹੋ ਗਿਆ, ਇੰਨੀ ਧੁੱਪਾ ਕਿ ਸੂਰਜ ਸਾਹਮਣੇ ਲੱਗਣ ਦੀ ਆ, ਗਰਮੀਆਂ ਬਹੁਤ ਜ਼ਿਆਦਾ ਫੈਲ ਗਈਆਂ, ਠੀਕ ਹੋ ਗਿਆ। ਅੱਜ ਆਪਾਂ ਦਾਣੇ ਵਗੈਰਾ ਵੀ ਧੋਣੇ ਆ। ਹਾਂਜੀ ਗਾਇਜ਼, ਕੱਲ੍ਹ ਆਪਣੇ ਗੈਸਟ ਆਏ ਸੀ ਮਹਿਮਾਨ, ਉਹ ਵੀ ਅਚਾਨਕ ਆ ਗਏ ਸੀ, ਆਏ ਸੀ ਆਰਫ ਵਾਲਾ ਚੋਂ, ਠੀਕ ਹੋ ਗਿਆ, ਆਰਫ ਵਾਲਾ ਚੋਂ ਆਏ ਸੀਗੇ। ਤੇ ਹਲੇ ਤੇ ਅਸੀਂ ਨਾ ਫਰੈਸ਼ ਫਰੁਸ਼ ਹੋ ਕੇ ਨਾ ਹਲੇ ਮੈਂ ਬੈਠੀ ਸੀਗੀ, ਤੇ ਉਹਨਾਂ ਅਚਾਨਕ ਹੀ ਆਏ, ਕੁਛ ਪਤਾ ਪੁਤਾ ਕਰਕੇ ਨਾ ਆ ਗਏ। ਤੇ ਨਾ ਅਚਾਨਕ ਇੰਦਰਾ ਮੈਂ ਨਾ ਸਾਹਮਣੇ ਆਈ, ਤੇ ਸਾਹਮਣੇ ਮੇਰੇ ਆ ਕੇ ਕਹਿੰਦੀ ਆਹ ਆਮਨਾ, ਮੈਂ ਡਰ ਗਈ, ਮੈਂ ਕਿਹਾ ਮੈਂ ਤੇ ਆਮਨਾ ਨਹੀਂ ਹੈ, ਮੇਰਾ ਨਾਮ ਆਮਨਾ ਨਹੀਂ ਹੈ, ਮੇਰਾ ਨਾਮ ਸ਼ਾਜ਼ੀਆ ਵਾ। ਤੇ ਛੋਟੀ ਸਿਸਟਰ ਆਮਨਾ ਵਾ ਨਾ, ਤੇ ਕਿਉਂਕਿ ਚੈਨਲ ਵੀ ਉਹਦੇ ਨਾਂ 'ਤੇ ਬਣਿਆ ਹੋਇਆ ਆਮਨਾ ਸ਼ਹਿਜ਼ਾਦੀ, ਤੇ ਮੈਂ ਕਿਹਾ ਇਹ ਲੋਕਾਂ ਮਿਹਨਤ ਮੈਂ ਕੀਤੀ ਜਾਂਦੀ ਹਾਂ, ਆਮ ਨਾ ਐਵੇਂ ਮਸ਼ਹੂਰ ਹੋ ਜਾਂਦੀ ਆ। ਅਤੇ ਮਾਸ਼ਾਅੱਲਾ ਉਹਨਾਂ ਦੇ ਖਿਲਾਫ ਬਹੁਤ ਅੱਛਾ ਸੀਗਾ, ਉਹਨਾਂ ਦੀ ਮੁਹੱਬਤ ਦਾ ਬੜਾ ਸ਼ੁਕਰੀਆ, ਉਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਮਿਲ ਕੇ ਬਹੁਤ ਅੱਛਾ ਲੱਗਾ। ਅਤੇ ਮੈਂ ਕਿਹਾ ਹੁਣ ਤੁਸੀਂ ਆ ਗਏ ਹੋ, ਅਤੇ ਬਿਸਮਿਲ੍ਲਾ, ਅਤੇ ਤੁਹਾਨੂੰ ਇੱਕ ਰਿਕੁਐਸਟ ਆ, ਗੁੱਸਾ ਮੇਰੀ ਗੱਲ ਦਾ ਨਹੀਂ ਕਰਨਾ, ਜਦੋਂ ਵੀ ਆਇਆ ਕਰੋ ਰਾਬਤਾ ਕਰਕੇ ਆਇਆ ਕਰੋ, ਕਿਉਂਕਿ ਸੌ ਮਸਲਾ ਮਸਾਇਲ ਬੰਦੇ ਨਾਲ ਬਣ ਜਾਂਦੇ, ਇੱਕ ਤਾਂ ਬੰਦਾ ਘਰ ਵੀ ਨਹੀਂ ਹੁੰਦਾ, ਫਿਰ ਤਾਂ ਸਫ਼ਰ ਪੈ ਜਾਵੇ, ਅੱਛੀ ਗੱਲ ਨਹੀਂ, ਅਤੇ ਗੁਆਸੀ ਵੀ ਨਾ ਮਿਲੀਏ, ਇਹ ਤਾਂ ਫਿਰ ਬਿਲਕੁਲ ਅੱਛੀ ਗੱਲ ਨਹੀਂ। ਉਹਨਾਂ ਦੀ ਮੁਹੱਬਤ ਦਾ ਭਾਈ ਬਹੁਤ ਬਹੁਤ ਸ਼ੁਕਰੀਆ, ਉਹਨਾਂ ਦੇ ਖਿਲਾਫ ਬਹੁਤ ਅੱਛਾ ਸੀਗਾ। ਹਾਂਜੀ ਗਾਏ, ਮੈਂ ਵੀਡੀਓ ਬਣਾਉਣੀ ਸੀਗੀ, ਮੈਂ ਕਿਹਾ ਵੀਵਰਾਂ ਨਾਲ ਸ਼ੇਅਰ ਕਰਾਂ, ਜਿਹੜੇ ਮੇਰੇ ਫੈਨ ਮੈਨੂੰ ਮਿਲਣ ਆਇਆ ਉਹਨਾਂ ਨਾਲ ਵੀ ਦਿਖਾਵਾਂ ਤੁਹਾਨੂੰ। ਅਤੇ ਪਰ ਬਾਈਕ ਕੋਲ ਬਹਿ ਸੀਗਾ ਨਾ, ਉਹਨਾਂ ਨੂੰ ਜ਼ਰੂਰਤ ਪੈ ਗਈ ਸੀ ਥੋੜ੍ਹੀ ਜਿਹੀ, ਨਹੀਂ ਤਾਂ ਰਹਿੰਦਾ ਮੇਰੇ ਕੋਲ ਹੀ ਆ, ਫਿਰ ਉਹ ਲੈ ਗਏ, ਕਹਿੰਦੇ ਉਹ ਮੈਨੂੰ ਜ਼ਰੂਰਤ ਹੈ, ਇੱਕ ਦਫਾ ਦੇ ਦਿਓ, ਫਿਰ ਲੈ ਲਿਓ। ਉਹ ਅਚਾਨਕ ਆ ਗਏ ਸੀ, ਅੱਛਾ ਖੈਰ ਨੇ ਤਾਂ ਵੀਡੀਓ ਬਣਾ ਲਈ, ਹੁਣ ਆਪਾਂ ਕੰਮ ਵੱਲ ਚੱਲੀਏ, ਲੈਸ ਦਾਣੇ ਠੀਕ ਹੋ ਗਿਆ, ਇਹਨਾਂ ਨੂੰ ਆਪਾਂ ਨਵੇਂ ਦਾਣੇ ਨਾ ਇਸੇ ਲਈ ਇਹਨਾਂ ਨੂੰ ਧੋਵਾਂਗੇ ਆਪਾਂ। ਹਾਂਜੀ ਗਾਇਜ਼, ਦੇਖੋ ਤਾਂ ਬਹੁਤ ਜ਼ਿਆਦਾ, ਅਤੇ ਚਲੋ ਆਪਾਂ ਨਾ ਜਿਹੜਾ ਛੱਤਰ ਸਾਰੇ ਦਾਣੇ ਧੋ ਕੇ ਨਾ ਇਹਦੇ ਉੱਪਰ ਪਾਵਾਂਗੇ, ਇਹਦੇ ਆਪਾਂ ਮਦਦ ਕਰਵਾਵਾਂਗੇ। ਹਾਂਜੀ ਗਾਇਜ਼, ਹੁਣ ਆਪਾਂ ਇਹਨਾਂ ਨੇ ਇੱਧਰ ਵਾਰ ਵਾਸ਼ ਕਰਾਂਗੇ ਪਾਣੀ ਦੇ, ਹਾਂਜੀ ਗਾਇਜ਼, ਤੁਸੀਂ ਵੇਖੋ ਮੇਰੇ ਨਾਲ ਪ੍ਰੈਂਕ ਹੋ ਗਿਆ, ਕਰ ਲਓ ਕਿਉਂ ਨੂੰ ਬਣਦਾ।
ਮੈਂ ਲੈ ਕੇ ਚਾਚੀ ਦਾ ਨਾ ਕਰੂ ਦਾਨੀ ਲੈ ਕੇ ਆਏ ਸੀ ਤੈਨੂੰ ਮੈਂ ਧੋਂਦੀ ਤੇ ਨਾ ਅਚਾਨਕ ਨਾ ਏਦਾਂ ਕੀਤਾ ਕਿਉਂਕਿ ਜਿਹੜਾ ਲੋਹੇ ਦਾ ਬੱਠਾ ਸੀ ਨਾ ਉਹਨੂੰ ਮੈਂ ਏਦਾਂ ਕਰਦੀ ਸੀ ਆਪੇ ਪਾਣੀ ਨਿਕਲ ਜਾਂਦਾ ਸੀ ਮੈਂ ਏਦਾਂ ਚੁੱਕਿਆ ਦਾਨੇ ਵੀ ਨਾਲ ਗਏ ਤੇ ਮੈਂ ਕਿਹਾ ਚਲੋ ਸ਼ੁਕਰ ਅਲਹਮਦੁਲਿਲਾ ਜਿਹੜਾ ਕੰਮ ਕੀਤਾ ਲਾਂਤਾ ਤੋਂ ਬਗੈਰ ਨਹੀਂ ਕੀਤਾ ਜੇ ਵੀਡੀਓ ਬਣਾਉਣੀ ਨਾ ਉਹ ਵੀ ਲਾਂਤਾ ਲੈ ਕੇ ਬਣਾਉਣੀ ਤਾਂ ਤੁਸੀਂ ਸਬਸਕ੍ਰਾਈਬ ਕਰਾਇਆ ਨਾ ਤੁਹਾਡੇ ਕੋਲ ਲਾਂਤਾ ਲੈ ਕੇ ਮੈਨੂੰ ਸਬਸਕ੍ਰਾਈਬ ਕਰਾਉਣਾ ਫਿਰ ਠੀਕ ਹੋ ਗਿਆ ਤੇ ਦੇਖੋ ਕਿੰਨਾ ਨੁਕਸਾਨ ਹੋ ਗਿਆ ਤੇ ਮੰਮਾ ਕਹਿੰਦੀ ਸਬਰ ਕਰ ਜਾ ਮੇਰੇ ਫਿਰ ਕੈਮਰਾ ਬੰਦ ਕਰਨ ਦੇ ਮੰਮਾ ਕਹਿੰਦੀ ਇੱਕ ਸਬਰ ਅੱਛਾ ਮੰਮਾ ਨੇ ਕੈਮਰਾ ਬੰਦ ਕਰਕੇ ਪਹਿਲੇ ਦਿਨ ਮੇਰੇ ਤੋਂ ਸੁੱਟੀਆਂ ਮੰਮਾ ਕਹਿੰਦੀ ਹੁਣ ਤੈਨੂੰ ਮੈਂ ਦੱਸਾਂਗੀ ਤੇ ਕਿੱਦਾਂ ਮੰਮਾ ਕਹਿੰਦੀ ਹੁਣ ਵੀਡੀਓ ਜੇ ਤੂੰ ਇੱਦਾਂ ਕੀਤਾ ਦੂਰੋਂ ਮੇਰੀ ਚੱਪਲ ਆਓ ਤੇ ਵੱਜੋ ਸਿੱਧਾ ਮੂੰਹ ਦੇ ਉੱਤੇ ਤੇ ਪਤਾ ਲੱਗੂ ਵਾਕਿਆ ਚੱਪਲ ਵੱਜੀਗਾ ਮੰਮਾ ਕਹਿੰਦੇ ਜਿਹੜਾ ਕੰਮ ਕਰਨਾ ਜੇ ਭਾਂਡੇ ਧੋਣੇ ਤੇ ਉਹ ਵੀ ਲਾਂਤਾ ਲੈ ਕੇ ਧੋਣੇ ਜੇ ਵੀਡੀਓ ਬਣਾਉਣੀ ਤੇ ਉਹ ਵੀ ਲਾਂਤਾ ਲੈ ਕੇ ਬਣਾਉਣੀ ਲੇਕਿਨ ਕਹਿੰਦੇ ਸੁਬਹਾ ਸਵੇਰ ਮੇਰੀ ਬੇਇੱਜ਼ਤੀ ਹੋ ਗਈ 12 ਹਲੇ 10 ਨਹੀਂ ਵੱਜੇਗਾ ਤੇ ਮੈਂ ਕਿਹਾ ਬਸ ਸਹੀ ਹੈ ਸ਼ਾਇਦ ਤੇਰਾ ਤਾਂ ਕੰਮ ਹੀ ਆ ਫਿਰ ਬੇਇੱਜ਼ਤੀ ਕਰਾਉਣ ਦੇ ਮੈਂ ਕਿਹਾ ਹੁਣ ਨਾ ਤਮੀਜ਼ ਦਾ ਪੁੱਲਾ ਮੰਮਾ ਕਹਿੰਦੀ ਦਾਣੇ ਧੋ ਲੈ ਮੈਂ ਕਿਹਾ ਠੀਕ ਹੋ ਗਿਆ ਠੀਕ ਹੋ ਗਿਆ ਕੋਈ ਨਹੀਂ ਖੈਰ ਆ ਹੁੰਦਾ ਵਾ ਹਾਂਜੀ ਗਾਇਸ ਦਾਣੇ ਆਪਣੇ ਇਸੇ ਤਰੀਕੇ ਨਾਲ ਹੋ ਗਿਆ ਵਾਸ਼ ਠੀਕ ਹੋ ਗਿਆ ਮਿੱਟੀ ਬਹੁਤ ਨਿਕਲੀ ਨਹੀਂ ਹੋਣੀ ਹੁਣ ਨਵੇਂ ਨਵੇਂ ਸੀਗੇ ਨਾ ਇਸੇ ਲਈ ਤਾਂ ਹੁਣ ਆਪਾਂ ਇਹਨੂੰ ਇਹਦੇ ਉੱਪਰ ਪਾਉਂਦੇ ਹਾਂ ਉੱਥੇ ਕਰਕੇ ਪਾਣੀ ਜਿਹੜਾ ਨੀਚੇ ਹੈਗਾ ਉਹ ਆਪੇ ਨਿਕਲ ਜਾਏਗਾ ਹਾਂਜੀ ਗਾਇਸ ਹੁਣ ਦੂਸਰਾ ਬੱਠਾ ਲਵੇ ਇੱਥੇ ਪਾਉਂਦੇ ਹਾਂ ਹਾਂਜੀ ਗਾਇਸ ਦਾਣੇ ਧੋ ਕੇ ਸਾਰੇ ਮੈਂ ਧੋ ਕੇ ਕੱਪੜੇ ਦੇ ਉੱਪਰ ਪਾ ਤੇ ਠੀਕ ਹੋ ਗਿਆ ਇੱਥੇ ਹੁਣ ਥੋੜ੍ਹੀ ਥੋੜ੍ਹੀ ਛਾਂ ਗਿਆ ਤੇ ਆਪਾਂ ਇਹਨਾਂ ਨੂੰ ਬਿਲਕੁਲ ਦੀਵਾਰ ਦੇ ਨਾਲ ਲਗਾ ਦਿੰਦੇ ਹਾਂ ਤੇ ਖਾਲਾ ਨੇ ਮੇਰੀ ਹੈਲਪ ਕਰਨ ਗਿਆ ਮੇਰੇ ਪਿਆਰੇ ਭੈਣ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਲਾਈਕ ਕਰ ਸਬਸਕ੍ਰਾਈਬ ਕਰੋ ਤਾਂ ਕਿ ਮੇਰੇ ਵੀਡੀਓ ਬਹੁਤ ਆਸਾਨੀ ਨਾਲ ਮੇਰੇ ਪਿਆਰੇ ਭੈਣ ਭਾਈ ਪਹੁੰਚ ਸਕੇ ਔਰ ਅੱਛਾ ਅੱਛਾ ਕਮੈਂਟ ਕਰਨਾ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼